ਕਾਂਗਰਸ ਸਰਕਾਰ ਦੌਰਾਨ ਕਪੂਰਥਲਾ ਦੇ ਪਿੰਡ ਬੂਟਾ ਵਿੱਚ ਵਿਕਾਸ ਕਾਰਜ ਕਰਵਾਉਣ ਲਈ 2.42 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਸੀ। ਪਿੰਡ ਬੂਟਾ ਦੀ ਸਾਬਕਾ ਗ੍ਰਾਮ ਪੰਚਾਇਤ ਅਤੇ ਇਲਾਕਾ ਨਿਵਾਸੀਆਂ ਦੇ ਸੱਦੇ ਤੇ ਆਪ ਹਲਕਾ ਇੰਚਾਰਜ ਸਾਬਕਾ ਜੱਜ ਮੈਡਮ ਮੰਜੂ ਰਾਣਾ ਕਪੂਰਥਲਾ ਪਿੰਡ ਬੂਟਾ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਅਤੇ ਪਿੰਡ ਦੇ ਇਲਾਕੇ ਦੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਸੁਣਨ ਲਈ ਪਹੁੰਚੇ ਹੋਏ ਸਨ। ਵਿਕਾਸ ਕਾਰਜਾਂ ਦੀ ਤਸਵੀਰ ਆਪ ਜੀ ਨੇ ਦਿਖਾਈ। ਇਸੇ ਦੌਰਾਨ ਹਲਕਾ ਇੰਚਾਰਜ ਮੈਡਮ ਮੰਜੂ ਰਾਣਾ ਅਤੇ ਕਾਂਗਰਸ ਸਰਪੰਚ ਦੇ ਗੁੰਡਿਆਂ ਵੱਲੋਂ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਵੀ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਪਿਛਲੇ ਦਿਨੀ ਕਾਂਗਰਸ ਦੇ 2 ਗ੍ਰਾਮ ਪੰਚਾਇਤ ਦੇ ਸਰਪੰਚਾਂ ਨੇ ਪ੍ਰਬੰਧਕੀ ਕੰਪਲੈਕਸ ਦੇ ਵਰਕਰਾਂ ਨਾਲ ਕਪੂਰਥਲਾ 'ਚ ਹਲਕਾ ਇੰਚਾਰਜ ਮੈਡਮ ਮੰਜੂ ਰਾਣਾ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਹੋਏ ਮੁੱਖ ਮੰਤਰੀ ਦੇ ਨਾਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ। ਹੁਣ ਕਪੂਰਥਲਾ ਦੇ ਪਿੰਡ ਬੂਟਾ ਦੀ ਸਾਬਕਾ ਗ੍ਰਾਮ ਪੰਚਾਇਤ ਅਤੇ ਆਪ ਵਰਕਰਾਂ ਨੇ ਮੀਡੀਆ ਸਾਹਮਣੇ ਆ ਕੇ ਕਿਹਾ ਕਿ ਪਿੰਡ ਬੂਟਾ ਦੇ ਮੌਜੂਦਾ ਕਾਂਗਰਸੀ ਸਰਪੰਚ ਅਤੇ ਪੰਚਾਇਤ ਨੇ ਵਿਕਾਸ ਕਾਰਜ ਲਈ BDPO ਵਿਭਾਗ ਨਾਲ ਮਿਲੀ ਭੁਗਤ ਕਰਕੇ ਕਰੋੜਾਂ ਰੁਪਏ ਦਾ ਘਪਲਾ ਕੀਤਾ ਹੈ। ਇਹਨਾਂ ਨੇ ਹੁਣ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਤੋਂ ਵਿਜੀਲੈਂਸ ਜਾਂਚ ਕਰਵਾਉਣ ਦੀ ਮੰਗ ਉਠਾਈ ਹੈ। ਮਾਮਲਾ ਸਰ, ਮੈਡਮ ਜੀ ਨੂੰ ਬੁਲਾਇਆ ਸੀ ਅਸੀਂ ਪਿੰਡ ਦਾ ਸਾਰਾ ਵਿਕਾਸ ਵਿਖਾਉਣ ਵਾਸਤੇ, ਵੀ ਜੋ ਸਾਡੇ ਸਰਪੰਚ ਸਾਹਿਬ ਨੇ ਕੀਤਾ ਉਹ ਦੇਖੋ ਆਣ ਕੇ ਤੁਸੀਂ, ਬਾਕੀ ਦਾ ਜੋ ਹੈ ਨਹੀਂ ਰਹਿ ਗਿਆ ਉਹਨਾਂ ਨੂੰ ਕਹੀ ਆਪਾਂ ਕੰਮ ਕਰਵਾਈਏ ਜੀ। ਬਹੁਤ ਜ਼ਿਆਦਾ ਬਾਹਰੋਂ ਸੰਗਤ ਆਉਂਦੀ ਹੈ ਸਾਡੇ ਪਿੰਡ 'ਚ, ਮੇਲੇ ਹੁੰਦੇ 2-3 ਬਹੁਤ ਖਰਾਬ ਹੋਏ ਪਏ ਆ ਰਸਤੇ ਜੀ। ਇਸ ਤੋਂ ਬਾਅਦ ਮੈਡਮ ਜੀ ਨੇ ਚੈੱਕ ਕੀਤਾ ਸਾਰਾ ਪਿੰਡ, ਸਰਚ ਕੀਤਾ, ਆਣ ਕੇ ਸਾਡੀ ਮਾਰਕੀਟ ਦੇ ਵਿੱਚ ਪਾਣੀ ਪੀਣ ਲਈ ਰੁਕੇ ਜੀ। ਇਹ ਇੰਨੇ ਸਾਰੀ ਟੀਮ ਲੈ ਕੇ ਡਾਕਟਰ ਬਲਵਿੰਦਰ ਸਿੰਘ, ਆਪਣਾ ਜਸਵੀਰ ਸਿੰਘ ਸ਼ੀਰੇ ਜੀ, ਇਹ ਨਾਲ ਹੀ ਸਰਪੰਚ ਹੋਈ ਸਾਰੇ ਲੈ ਕੇ ਸਾਡੇ ਆਣ ਕੇ ਮੈਡਮ ਨੂੰ ਅਤੇ ਮੈਨੂੰ ਬਹੁਤ ਮਾੜਾ ਚੰਗਾ ਬੋਲਣ ਲੱਗ ਪਏ ਜੀ। ਇਹਨਾਂ ਦੇ ਨਾਲ ਹੀ ਗਾਲਾਂ ਕੱਢਣ ਲੱਗ ਪਏ, ਭੈਣ ਚੋਂ ਬਾਹਰ ਨਿਕਲੋ, ਉਹ ਕਰੋ। ਲੇਡੀਜ਼ ਇਕੱਲੀ ਮੈਡਮ ਬੈਠੀ ਸੀ, 200 ਬੰਦਾ 250 ਜੁੜਿਆ ਸੀ, ਇਕੱਲੀ ਲੇਡੀਜ਼ ਨੂੰ ਇੰਨਾ ਗਾਲਾਂ, ਬਹੁਤ ਮੈਡਮ ਨੂੰ ਬਹੁਤ ਜ਼ਿਆਦਾ ਕੱਢੀਆਂ ਗਾਲਾਂ ਨੂੰ। ਮੈਡਮ ਨੂੰ ਕਹਿੰਦੇ ਨੇ ਅਜੋ ਬਾਹਰ ਇਹਨੂੰ ਕੱਢੋ, ਮੈਡਮ ਨੂੰ ਸਾਫ ਦੇਈਏ, ਸਾਫ ਦੇ ਕੇ ਬੂਟਾ ਪਿੰਡ ਦਾ ਤੋਰਦੇ ਹਾਂ ਜੀ। ਇਹਨਾਂ ਦੇ ਉੱਪਰ ਕਾਨੂੰਨੀ ਸਖ਼ਤ ਕੀਤੀ ਹੈ ਜੀ ਕਾਰਵਾਈ। ਸਾਡੇ ਤਾਂ ਕੱਲ੍ਹ ਨੂੰ ਵੀ ਕੋਈ ਹਮਲਾ ਹੁੰਦਾ, ਡਾਕਟਰ ਬਲਵਿੰਦਰ ਸਿੰਘ ਅਤੇ ਇਹਨਾਂ ਦੇ ਨਾਲ ਜਿੰਨੇ ਵੀ ਸਾਥੀ ਸਾਰੇ ਜ਼ਿੰਮੇਵਾਰ ਇਹ ਆ ਜੀ। ਹੁਣ ਵੀ ਧਮਕੀਆਂ ਪੂਰੀਆਂ ਦਿੰਦੇ ਆ ਜੀ, ਪਿਸਟਲ ਕਰਕੇ ਹੱਥ 'ਚ, ਕੱਲ੍ਹ ਮੇਰੀ ਦੁਕਾਨ ਦੇ ਸਾਹਮਣੇ ਗੱਡੀ ਰੋਕ ਕੇ ਪਿਸਟਲ ਕੱਢ ਕੇ ਹੱਥ 'ਚ ਮੈਨੂੰ ਦਿਖਾ ਕੇ, ਉਹਦਾ ਮਤਲਬ ਸੀ ਮੇਰੇ ਕੋਲ ਪਿਸਟਲ ਹੈ, ਭਾਵੇਂ ਲਾਇਸੈਂਸ ਹੀ ਹੈ ਸਰ, ਪਰ ਇਹਨਾਂ ਦੇ ਉੱਤੇ ਸਖ਼ਤ ਪੂਰੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਕੱਲ੍ਹ ਨੂੰ ਕੋਈ ਵੀ ਸਾਨੂੰ ਤਕਲੀਫ ਤੰਗੀ ਆਉਂਦੀ ਹੈ ਜੀ, ਇਹ ਜ਼ਿੰਮੇਵਾਰ ਹੈ, ਡਾਕਟਰ ਬਲਵਿੰਦਰ ਸਿੰਘ ਹੈ ਜੀ। ਹਾਲੇ ਵੀ ਧਮਕੀਆਂ ਦਿੰਦਾ, ਕਹਿੰਦਾ ਮਰਵਾ ਦੇਣਾ, ਮੈਂ ਟਰੱਕ ਚੜਾ ਦੇਣਾ ਤੇਰੇ ਉੱਤੇ, ਤੇਰੇ ਗੋਲੀਆਂ ਮਰਾ ਦੇਣੀਆਂ ਜੀ, ਇਹ ਨਹੀਂ ਮੁੜਦੇ ਪਏ ਹੈਗੇ ਜੀ। ਨਹੀਂ ਜੇ ਕਹਿੰਦਾ ਮਤਲਬ ਕਿ ਜਿਹੜਾ ਉਹਦੇ ਨਾਲ ਹਾਦਸਾ ਹੋਇਆ ਸੀ ਤੁਹਾਡੇ ਸ਼ੋਪ ਦੇ ਅੰਦਰ ਹੋਇਆ ਸੀ? ਜੀ ਸਰ, ਮੇਰੀ ਸ਼ੋਪ ਦੇ ਅੰਦਰ ਹੋਇਆ ਸੀ। ਨਹੀਂ ਤਾਂ ਇਸ ਸੰਬੰਧੀ ਕੋਈ ਤੁਸੀਂ ਪਿੰਡ ਵੱਲੋਂ ਕੋਈ ਲਿਖਤੀ ਸ਼ਿਕਾਇਤ ਪ੍ਰਸ਼ਾਸਨ ਨੂੰ ਦਿੱਤੀ ਹੈ? ਸਰ, ਅਸੀਂ ਚੌਂਕੀ ਆਪਣੇ ਨਿਜ਼ਾਮਪੁਰ ਦੇ ਕੇ ਆਏ ਸੀ, ਹਾਲੇ ਤਾਂ ਨਹੀਂ ਸਾਡੀ ਉਹ ਐਪਲੀਕੇਸ਼ਨ ਦਾ ਕੋਈ ਵੀ ਜਵਾਬ ਨਹੀਂ ਮਿਲਿਆ ਸਾਨੂੰ। ਇਹਨਾਂ ਦੇ ਉੱਪਰ ਸਖ਼ਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜੀ। ਬਹੁਤ ਟਾਈਮ ਪੈ ਗਿਆ ਜੀ, ਅੱਜ ਕਿੰਨੇ ਦਿਨ ਹੋ ਗਏ ਜੀ, ਕੋਈ ਸਾਨੂੰ ਬੁਲਾਇਆ ਨਹੀਂ ਗਿਆ ਕਿਸੇ ਅਫਸਰ ਵੱਲੋਂ ਵੀ ਤੁਹਾਨੂੰ ਤਾਂ ਕੀ ਬਣਾਉਣਾ, ਦਰਖਾਸਤ ਦਾ ਕੀ ਕਰਨਾ। ਇੱਦਾਂ ਜੀ ਪ੍ਰੋਬਲਮ ਜ਼ਿਆਦਾ ਵੱਧਦੀ ਜਾਣੀ ਹੈ। ਅਸੀਂ ਜੇ ਤਾਂ ਇਹ ਝੂਠੇ, ਇਹ ਤਾਂ ਝੂਠੇ ਮੰਗ ਪੱਤਰ ਦਿੰਦੇ ਜੀ, ਅਸੀਂ ਸਲੀਅਤ ਮੰਗ ਪੱਤਰ ਦੇਵਾਂਗੇ। ਜੇ ਸਾਡੀ ਕਾਰਵਾਈ ਹੋਊਗੀ ਠੀਕ ਹੈ ਜੀ, ਨਹੀਂ ਤਾਂ ਅਸੀਂ ਵੀ ਧਰਨਾ ਲਾ ਕੇ ਚੱਕਾ ਜਾਮ ਕਰਕੇ ਅਸੀਂ ਸਲੀਅਤ ਕਰਾਂਗੇ। ਜੇ ਆਪਾਂ ਗੱਲ ਕਰੀਏ ਕਿ ਜਿਹੜਾ ਕਿ ਇਹਨਾਂ ਵੱਲੋਂ ਜੇ ਕਿ ਪ੍ਰੈਸ ਕਾਨਫਰੰਸ ਦੇ ਦਰਮਿਆਨ ਕਈ ਮਤਲਬ ਕਿ ਮੁੱਦਿਆਂ ਉੱਤੇ ਵੀ ਗੱਲ ਕੀਤੀ ਗਈ ਕਿ ਫੈਕਟਰੀ ਜਿਹੜੇ ਏਰੀਆ ਦੀ ਫੈਕਟਰੀ ਵੀ ਹੈਗੀ ਉਹ ਵੀ ਲੀਗਲ ਹੈਗੀ ਆ, ਤਾਂ ਹੋਰ ਵੀ ਕਈ ਜਿਹੜੀ ਕਿ ਪੰਚਾਇਤੀ ਜ਼ਮੀਨ ਨੂੰ ਲੈ ਕੇ ਤਾਂ ਹੋਰ ਇੱਟਾਂ ਨੂੰ ਵੀ ਲੈ ਕੇ ਜੋ ਵੀ ਹੈਗਾ ਇਹਨਾਂ ਨੇ ਬਿਆਨਬਾਜ਼ੀ ਕੀਤੀ ਆ ਕਿ ਬਿਲਕੁਲ ਸਹੀ ਹੈ ਇਹ ਜਿਹੜਾ ਕਿ ਤੁਹਾਡੇ ਵੱਲੋਂ ਝੂਠ ਬੋਲੇ ਜਾ ਰਹੇ ਵਾ। ਇਹ ਤਾਂ ਸਰ ਅਸੀਂ DC ਸਾਹਿਬ ਨੂੰ ਬੇਨਤੀ ਕਰਦੇ ਹਾਂ ਜੀ, ਇਹ ਤੁਸੀਂ ਆਪ ਨਕਵਾਰੀ ਵਿਜੀਲੈਂਸ ਤੋਂ ਕਰਾਓ, ਸਰਚ ਕਰਾਓ ਵੀ ਇਹ ਸਲੀਅਤ ਹੈ। ਅਸੀਂ ਵੀ ਕਹਿ ਦਿੰਦੇ ਹਾਂ ਵੀ ਬਿਲਕੁਲ ਫੈਕਟਰੀਆਂ ਬਣੀਆਂ ਹੋਈਆਂ, ਜੋ ਵੀ ਹੈ ਤੁਹਾਨੂੰ ਇਹ DC ਸਾਹਿਬ ਨੂੰ ਚਾਹੀਦਾ। ਮੇਰਾ ਨਾਮ ਰਣਵੀਰ ਸਿੰਘ, ਜ਼ਿਲ੍ਹਾ ਕਪੂਰਥਲਾ। ਹਾਂਜੀ, ਅੱਜ ਜਿਹੜੀ ਪ੍ਰੈਸ ਕਾਨਫਰੰਸ ਕਰ ਰਹੇ ਤੁਸੀਂ, ਕੀ ਮਾਮਲਾ ਹੈਗਾ ਪੂਰਾ ਇਹਦਾ? ਇਹ ਮਾਮਲਾ ਇੱਦਾਂ ਜੀ, ਸਾਡੇ ਜਿਹੜੀ ਪਿੰਡ ਦੀ ਫਿਰਨੀ ਆ ਨਾ ਜੀ, ਉਹ ਇਸ ਟਾਈਮ ਨਰਕ ਬਣ ਚੁੱਕੀ ਹੈ, ਅਤੇ ਅਸੀਂ ਇਸ ਸਿਲਸਿਲੇ ਬੀਬੀ ਮੈਡਮ ਮੰਜੂ ਰਾਣਾ ਜੀ ਨੂੰ ਅਪੀਲ ਕੀਤੀ ਕਿ ਆ ਕੇ ਸਾਡਾ ਹਾਲ ਦੇਖੋ, ਅਤੇ ਮੈਡਮ ਜੀ ਗਏ, ਉਹਨਾਂ ਦੇਖਿਆ ਵੀ ਨਰਕ ਬਣਿਆ ਹੋਇਆ। ਉਹ ਤੋਂ ਬਾਅਦ ਸਰਪੰਚਾਂ ਨੂੰ ਪ੍ਰੈਸ ਕਾਨਫਰੰਸ ਕੀਤੀ ਗਈ ਕਿ ਵੀ ਇਹ ਬਹੁਤ ਡਿਵੈਲਪਮੈਂਟ ਕਰਾਈ ਗਈ ਹੈ ਪਿੰਡ ਦੀ, ਪਰ ਅਸਲ 'ਚ ਉਹ ਹੋਕੀ ਸੀ। ਪਿੰਡ ਇਸ ਟਾਈਮ ਨਰਕ ਬਣਿਆ ਹੋਇਆ ਸਾਰਾ, ਜਿਹੜੀ ਫਿਰਨੀ ਆ ਉੱਤੇ 3-3 ਫੁੱਟ ਦੇ ਟੋਏ ਪਏ ਹੋਏ ਆ, ਅਤੇ ਇਹ ਜਿਹੜਾ ਨਰਕ ਬਣਨ ਦਾ ਕਾਰਨ ਮੇਨ ਬਣਿਆ ਕਿ ਸਰਪੰਚਾਂ ਨੂੰ ਆਪਣੀ ਟਾਇਲ ਫੈਕਟਰੀ ਤੋਂ ਇੱਟ ਲਾਉਣੀ ਸੀ, ਅਤੇ ਆਪਣੇ ਭਰਾ ਦੀ ਟਾਇਲ ਫੈਕਟਰੀ ਨੂੰ, ਅਤੇ ਆਪਣੀ ਪੈਪ ਲੈਣ ਫੈਕਟਰੀ ਖੋਲ੍ਹ ਕੇ ਉਹ ਪੈਪ ਪਾਉਣੇ ਸੀ। ਕਿੱਥੇ ਖੋਲ੍ਹੀ ਗਈ ਟਾਇਲ ਫੈਕਟਰੀ? ਉਹ ਟਾਇਲ ਫੈਕਟਰੀ ਜੀ ਪੰਚਾਇਤ ਦੀ ਜ਼ਮੀਨ 'ਤੇ ਖੋਲ੍ਹੀ ਹੋਈ ਹੈ, ਜਦਕਿ ਉਹ ਬਣਦੇ ਨਹੀਂ ਸੀ ਕਿ ਮੌਜੂਦਾ ਸਰਪੰਚ ਜਿਹੜਾ ਖੁਦ ਪੰਚਾਇਤ ਦੀ ਪੈਲੀ ਕਾਬਜ ਕਰਕੇ ਉੱਤੇ ਟਾਇਲ ਫੈਕਟਰੀ ਬਣਾ ਦੇ। ਨਹੀਂ ਜੀ, ਆਪਾਂ ਗੱਲ ਕਰੀਏ ਤੁਸੀਂ ਪੰਚਾਇਤੀ ਜ਼ਮੀਨਾਂ ਨੂੰ ਲੈ ਕੇ, ਤਾਂ ਜੇ ਸਰਪੰਚ ਵੱਲੋਂ ਹੀ ਪੰਚਾਇਤੀ ਜ਼ਮੀਨਾਂ ਦੇ ਉੱਤੇ ਫੈਕਟਰੀ ਲਗਾਈ ਆ ਗਈ ਆ ਵਾ, ਤਾਂ ਤੁਸੀਂ ਇਹ ਸਾਰੀ ਚੀਜ਼ਾਂ ਨੂੰ ਕਿੱਦਾਂ ਦੇ ਦਿਓ? ਇਹ ਜੀ, ਅਸਲ 'ਚ ਪਹਿਲਾਂ ਜਦੋਂ ਸਰਪੰਚ ਬਣਿਆ ਰਾਣਾ ਗੁਰਜੀਤ ਸਿੰਘ ਦਾ ਕਾਫੀ ਦਬਦਬਾ ਸੀ, ਅਤੇ ਉਹਦੇ ਨਾਲ ਜੋ ਰਾਣਾ ਗੁਰਜੀਤ ਸਿੰਘ ਜੀ ਕਹੀ ਗਏ ਇਹ ਕਰੀ ਗਏ, ਕੋਈ ਪ੍ਰਸ਼ਾਸਨ ਨੇ ਕੋਈ ਬਹੁਤੀ
नहीं जांच पड़ताल की। तो ये पंचायती जमीन जी इस टाइम काफ़ी कीमती है, जी रोड के फ्रंट के उपर है, जिदी कीमत करोड़ों के बच्चे है, तकरीबन मतलब कि 17 किले जी इन्हें कब्जे की हुई है। तो वह नंबर पंचायती जमीन के काबज होने के बावजूद भी 3-3 नंबरदारियाँ सरपंच मैंबर बने हुए हैं कि डीसी साहब ने देखता नहीं कि नंबरदार बना रहे हैं, तो वो भी पंचायती जमीन के उन्होंने कोई रिकॉर्ड पीछा किया जाए।